Vaheguru, 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 Satnam Kartapurkh Nirbhau Nirvair Akal Murat Ajuni Saipam Gur Prasad Gyan Tyan Kishkarma Na Jana ਸਾਰ ਨਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭੋ ਬਿਖਮ ਨਦੀ ਜਾਏ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸ ਗਏ ਮੋਹ ਮੈਲਾ ਕਰੈ ਨ ਭੰਗ ਜਾਣੇ ਬਿਰਥਾ ਜੀ ਕੀ ਕਦੇ ਨ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇੱਕ ਸਹਿ ਦੀ ਮੈਂ ਕੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ
ਉਚਾਰੀ ਹੋਈ ਪਾਵਨ ਵਾਰ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਪੰਜਵੀਂ ਪੌੜੀ ਦੇ ਨਾਲ ਇਹ ਪਹਿਲਾ ਸਲੋਕ ਹੈ ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ। ਕੱਲ੍ਹ ਸਤਿਗੁਰੂ ਜੀ ਰਹਿਮਤ ਕਰ ਰਹੇ ਸਨ, ਗੁਰਸਿੱਖੋ ਸਭ ਤੋਂ ਵੱਡੀ ਗੱਲ ਹੈ ਗੁਰੂ ਦੇ ਦਰਸ਼ਨ। ਜੇ ਗੁਰੂ ਦੇ ਦਰਸ਼ਨ ਹੋ ਗਏ ਤਾਂ ਸਭ ਕੁਛ ਹੀ ਆ ਜਾਏਗਾ, ਇਸ ਦੇ ਵਿੱਚ ਹੀ ਸਾਰੇ ਧਰਮ ਕਰਮ ਆ ਜਾਣਗੇ। ਅਤੇ ਜੇ ਗੁਰੂ ਦੇ ਦਰਸ਼ਨ ਹੀ ਨਾ ਹੋਏ ਫਿਰ ਸਮਝੋ ਕਿ ਉਹ ਸਮਾਂ ਸਾਡਾ ਠੀਕ ਨਹੀਂ ਹੈ। ਉਹ ਹਰ ਦਿਨ ਭਲਾ ਹੈ, ਚੰਗਾ ਹੈ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਦੇ ਆ ਕੇ। ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਈਦਾ ਹੈ, ਇਹ ਨਹੀਂ ਸੋਚੀਦਾ ਕਿ ਗੁਰੂ ਮੈਨੂੰ ਆ ਕੇ ਦਰਸ਼ਨ ਦੇਵੇ। ਵੱਡਿਆਂ ਦੇ ਦਰਸ਼ਨ ਕਰਨ ਵਾਸਤੇ ਜਾਈਦਾ ਹੈ। ਜਿਨ੍ਹਾਂ ਦੀ ਇਹ ਭਾਵਨਾ ਬਣ ਗਈ ਉਹਨਾਂ ਦੀਆਂ ਮਨ ਦੀਆਂ ਸਾਰੀਆਂ ਇੱਛਾਵਾਂ ਮਹਾਰਾਜ ਨੇ ਦੱਸਿਆ ਕਿ ਪੂਰੀਆਂ ਹੋ ਜਾਂਦੀਆਂ ਹਨ। ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਜਿਹੜੀ ਮਮਤਾ ਦੀ ਅੱਗ ਲੱਗੀ ਹੋਈ ਹੈ ਇਹ ਵੀ ਖਤਮ ਹੋ ਜਾਂਦੀ ਹੈ। ਜੀਵਨ 'ਚ ਨਾਮ ਦਾ ਆਸਰਾ ਮਿਲ ਜਾਂਦਾ ਹੈ, ਕਿਉਂਕਿ ਗੁਰੂ ਵਾਰ ਵਾਰ ਉਪਦੇਸ਼ ਦਿੰਦਾ ਹੈ ਕਿ ਨਾਮ ਦਾ ਸਹਾਰਾ ਲੈ ਲੈ। ਜਿਵੇਂ ਅੰਧੇ ਬੰਦੇ ਦੇ ਹੱਥ ਵਿੱਚ ਸੋਟੀ ਫੜੀ ਹੋਈ ਉਹਨੂੰ ਉਹਦੇ ਨਾਲ ਢੋ ਢੋ ਕੇ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖਾ ਜੀਵਨ ਵਿੱਚ ਤੋਂ ਜੇ ਨਾਮ ਦੀ ਟੋਹਣੀ ਲੈ ਲਵੇਂਗਾ ਅਤੇ ਇਸ ਟੋਹਣੀ ਨਾਲ ਟੋਰ ਟੋਕ ਕੇ ਤੂੰ ਵਾਹਿਗੁਰੂ ਪਰਮੇਸ਼ਰ ਦੇ ਦਰ 'ਤੇ ਪਹੁੰਚ ਜਾਵੇਂਗਾ। ਜਿਨ੍ਹਾਂ ਨੇ ਉੱਤੇ ਕਿਰਪਾ ਹੋਈ ਉਹਨਾਂ ਨੂੰ ਗੁਰੂ ਨੇ ਸੇਵਾ ਵਿੱਚ ਸਿਮਰਨ ਵਿੱਚ ਲਾਇਆ। ਸੇਵਾ ਸਿਮਰਨ ਕਰਨ ਵਾਲਿਆਂ ਦਾ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਵੀ ਕਰਤਾ, ਭਲਾ ਵੀ ਕਰਤਾ, ਉਹਨਾਂ ਦਾ ਜਨਮ ਵੀ ਸਫਲਾ ਕਰ ਦਿੱਤਾ। ਪਰਮੇਸ਼ਰ ਦੀ ਜੋ ਬੰਦਗੀ ਹੈ ਵੀ ਮਹਾਰਾਜ ਨੇ ਕੱਲ੍ਹ ਸਮਝਾਇਆ ਸੀ, ਇਹ ਵਿਰਲੇ ਲੋਕਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹਨ, ਜਿਨ੍ਹਾਂ ਨੇ ਕੋਈ ਪੁਰਵਲੇ ਚੰਗੇ ਕਰਮ ਕੀਤੇ ਹਨ, ਉਹਨਾਂ ਨੂੰ ਪਰਮੇਸ਼ਰ ਦੀ ਬੰਦਗੀ ਦੀ ਦਾਤ ਮਿਲਦੀ ਹੈ। ਗੁਰਮਤ ਅਨੁਸਾਰ ਸਭ ਤੋਂ ਵਧੀਆ ਬੰਦਗੀ ਕੀ ਹੈ? ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਾਂ ਕੇ ਕਰਨਾ ਕਰਮਾਂ ਕਹੋ ਨਾਨਕ ਦੇ ਸਿਪਾਹੀਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੀ ਗੁਰੂ ਦੀ ਸਿਫ ਸਲਾਹ ਕਰਨੀ ਸੁਣਨੀ ਇਹ ਦਾਤ ਹੈ। ਸਭ ਤੋਂ ਵੱਡਾ ਧਰਮ ਦਾ ਕਰਮ ਇਹੀ ਹੈ। ਜੇ ਇਹ ਨਹੀਂ ਕੀਤਾ ਤਾਂ ਬਾਕੀ ਜਿੰਨਾ ਕੁਛ ਮਰਜ਼ੀ ਕਰੀ ਜਾਵੇ ਰੱਬ ਦੇ ਨੇੜੇ ਨਹੀਂ ਹੋ ਸਕਦਾ, ਨਾ ਰੱਬ ਦੀ ਕਿਰਪਾ ਦਾ ਪਾਤਰ ਹੀ ਬਣ ਸਕਦਾ ਹੈ। ਜਿਨ੍ਹਾਂ ਨੂੰ ਬੰਦਗੀ ਦੇ ਦਿੱਤੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਸਭ ਕੁਛ ਹੀ ਦੇ ਦਿੰਦਾ ਹੈ। ਜਿਨ੍ਹਾਂ ਕੋਲ ਬੰਦਗੀ ਹੈ ਉਹਨਾਂ ਕੋਲ ਸਭ ਕੁਛ ਵੀ ਹੈ। ਬੰਦਗੀ ਕਰਨ ਵਾਲੇ ਤਾਂ ਲੋਕਾਂ ਨੂੰ ਵੰਡਦੇ ਹਨ, ਆਪਣੀਆਂ ਦਾਤਾਂ ਜਿਹੜੀਆਂ ਉਹਨਾਂ ਨੂੰ ਰੱਬ ਨੇ ਦਿੱਤੀਆਂ ਹੁੰਦੀਆਂ ਹਨ ਉਹ ਲੋਕਾਂ ਨੂੰ ਵੰਡਦੇ ਹਨ। ਜੋ ਮੂੰਹੋਂ ਕਹਿ ਦਿੱਤਾ ਉਹ ਪੂਰਾ ਹੋ ਹੀ ਜਾਣਾ ਹੈ। ਰੱਬ ਦੇ ਦਰ ਦੇ ਉੱਤੇ ਇਸੇ ਤਰ੍ਹਾਂ ਹੀ ਵਾਹਿਗੁਰੂ ਨਾਲ ਗੱਲਾਂ ਕਰਕੇ ਜੋ ਚਾਹੇ ਉਹ ਮੰਗ ਲੈਂਦੇ ਹਨ, ਜਿਵੇਂ ਆਪਾਂ ਆਪਣੇ ਮਾਂ ਪਿਓ ਦੇ ਕੋਲੋਂ ਮੰਗਦੇ ਹਾਂ। ਸੋ ਬੰਦਗੀ ਦਾ ਰੰਗ ਜਿਨ੍ਹਾਂ ਨੂੰ ਇਸ ਜੀਵਨ ਦੇ ਵਿੱਚ ਚੜ੍ਹ ਗਿਆ ਉਹਨਾਂ ਦੀ ਖੁਰਾਕ ਹੀ ਫਿਰ ਬੰਦਗੀ ਬਣ ਜਾਂਦੀ ਹੈ। ਪਰਮੇਸ਼ਰ ਦਾ ਸਿਮਰਨ ਸਿਮਰਨ ਬੰਦਗੀ ਹੈ। ਉਹਨਾਂ ਦੀਆਂ ਕਮਾਈਆਂ ਨੂੰ ਜਗਤ ਖਾਂਦਾ ਹੈ, ਫਿਰ ਵਾਹਿਗੁਰੂ ਵੀ ਫਿਰ ਉਹਨਾਂ ਦਾ ਬਣ ਜਾਂਦਾ ਹੈ, ਉਹਨਾਂ ਦੇ ਉੱਤੇ ਐਸੀ ਕਿਰਪਾ ਕਰਦਾ ਹੈ ਕਿ ਹਰ ਥਾਂ ਹੀ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਹਰ ਥਾਂ ਕਿਤੇ ਵੀ ਹਨ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਟੇਕ, ਉਸੇ ਦਾ ਹੀ ਸਹਾਰਾ। ਮਨ ਇੰਨਾ ਦ੍ਰਿੜ ਰਹਿੰਦਾ ਹੈ ਕਿ ਮੈਨੂੰ ਹੋਰ ਕੋਈ ਸਹਾਰਾ ਨਹੀਂ ਹੈ, ਕੇਵਲ ਵਾਹਿਗੁਰੂ ਦਾ ਹੀ ਸਹਾਰਾ ਹੈ।
ਉਹ ਵੀ ਫਿਰ ਵਾਹਿਗੁਰੂ ਪਰਮੇਸ਼ੁਰ ਭੀਤਰ ਉੱਠਦਾ ਹੈ ਉਹਨਾਂ ਦੇ ਉੱਤੇ। ਮਹਾਰਾਜ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ ਉਹਨਾਂ ਗੁਰਸਿੱਖਾਂ ਤੋਂ, ਗੁਰੂ ਦੇ ਪਿਆਰਿਆਂ ਦੇ ਕੋਲੋਂ, ਜਿਹੜੇ ਵਾਹਿਗੁਰੂ ਪਰਮੇਸ਼ੁਰ ਨੂੰ ਪਾ ਜਾਂਦੇ ਹਨ। ਸਿਮਰਨ ਕਰਨ ਵਾਲੇ ਹੀ ਪਰਮੇਸ਼ੁਰ ਨੂੰ ਪਾਉਂਦੇ ਹਨ, ਕਿਉਂਕਿ ਗੁਰੂ ਦਾ ਮੁੱਖ ਉਪਦੇਸ਼ ਹੀ ਇਹ ਹੈ ਕਿ ਪਿਆਰਿਓ ਉਸਨੂੰ ਸਿਮਰਨ ਕਰੋ, ਸਿਮਰਨ ਕਰਦਿਆਂ ਕਰਦਿਆਂ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਅੱਜ ਰਹਿਮਤ ਕਰ ਰਹੇ ਹਨ ਸਤਿਗੁਰੂ ਜੀ ਪੰਜਵੀਂ ਪੌੜੀ ਦੇ ਨਾਲ, ਜੋ ਪਹਿਲਾ ਸਲੋਕ ਆਪਾਂ ਹੁਣ ਸਰਵਣ ਕੀਤਾ ਹੈ, ਸਲੋਕ ਮਹੱਲਾ ਪੰਜਵਾਂ। ਹਰ ਇੱਕ ਸਹਿ ਨਾਲ ਮੈਂ ਦੋਸਤੀ, ਹਰ ਇੱਕ ਸਹਿ ਨਾਲ ਮੈਂ ਸੰਗ, ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸਹਿ ਨਾਲ ਮੈਂ ਸੰਗ। ਸਾਡੇ ਦੇਸ਼ ਵਿੱਚ ਕੀ ਰਿਵਾਜ਼ ਸੀ, ਇੱਥੇ ਸਰਗੁਣ ਭਗਤੀ ਸੀ, ਨਿਰਗੁਣ ਭਗਤੀ ਨਹੀਂ। ਸਰਗੁਣ ਭਗਤੀ ਕੀ ਹੈ? ਆਕਾਰ ਦੀ ਪੂਜਾ ਕਰਨੀ, ਜੋ ਕੁਛ ਆਪਾਂ ਅੱਖਾਂ ਨਾਲ ਵੇਖਦੇ ਹਾਂ ਉਹਨੂੰ ਹੀ ਰੱਬ ਮੰਨ ਕੇ ਉਸ ਦੀ ਹੀ ਪੂਜਾ ਕਰਨੀ। ਸੋ ਮਨੁੱਖ ਦੀ ਪੂਜਾ ਵੀ ਇਸੇ ਤਰ੍ਹਾਂ ਹੀ ਆਰੰਭ ਹੋਈ ਹੈ। ਜਦੋਂ ਮਨੁੱਖ ਦੇ ਕੋਲੋਂ ਤਸੱਲੀ ਨਹੀਂ ਹੋਈ, ਫਿਰ ਜਿਹੜੀਆਂ ਰੱਬੀ ਸ਼ਕਤੀਆਂ ਹਨ, ਜਿਵੇਂ ਹਵਾ ਹੈ, ਪਾਣੀ ਹੈ, ਅੱਗ ਹੈ, ਇਹ ਸਾਰੀਆਂ ਚੀਜ਼ਾਂ, ਇਹਨਾਂ ਤੋਂ ਫਿਰ ਇਹਨਾਂ ਦੀ ਪੂਜਾ ਸ਼ੁਰੂ ਹੋ ਗਈ। ਇਹਨਾਂ ਤੋਂ ਡਰਦਾ ਇਨਸਾਨ ਇਹਨਾਂ ਦੀ ਪੂਜਾ ਕਰਦਾ ਸੀ ਕਿ ਇਹ ਮੇਰਾ ਨੁਕਸਾਨ ਨਾ ਕਰ। ਫਿਰ ਪਸ਼ੂਆਂ ਦੀ ਪੂਜਾ ਸ਼ੁਰੂ ਹੋ ਗਈ, ਦਰੱਖਤਾਂ ਦੀ ਪੂਜਾ, ਫੁੱਲਾਂ ਬੂਟਿਆਂ ਦੀ ਪੂਜਾ। ਇਹ ਸਾਰੀ ਪੂਜਾ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਪਿੱਛੋਂ ਪਿਛੋਕੜ ਇਹਦਾ ਇਹੀ ਹੈ। ਇਸੇ ਕਰਕੇ ਹੀ ਇੱਕ ਤਾਂ ਵਿਸ਼ਵਾਸ ਨਹੀਂ ਸੀ ਇੱਥੇ, ਬਸ ਘਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਉਸੇ ਨੂੰ ਹੀ ਰੱਬ ਮੰਨ ਲੈਂਦੇ ਸਨ। ਹੁਣ ਵੀ ਅਜਿਹੇ ਪਰਿਵਾਰ ਕਈ ਹਨ ਸਾਡੇ ਦੇਸ਼ ਵਿੱਚ ਜਿਹੜੇ ਘਰ ਵਿੱਚ ਵੱਡੇ ਨੂੰ ਹੀ ਰੱਬ ਮੰਨਦੇ ਹਨ, ਜਾਂ ਪਿੰਡ ਦੇ ਵਿੱਚ ਕੋਈ ਮੋਹਰੀ ਇਨਸਾਨ ਹੋਵੇ ਉਸੇ ਨੂੰ ਹੀ ਉਹ ਰੱਬ ਮੰਨ ਕੇ ਉਸੇ ਦੀ ਹੀ ਪੂਜਾ ਕਰਦੇ ਹਨ, ਉਸੇ ਦਾ ਹੀ ਹੁਕਮ ਮੰਨਦੇ ਹਨ। ਸੋ ਇੰਝ ਸਾਰਾ ਹੀ ਬਿਖਰਿਆ ਹੋਇਆ ਸੀ ਸਾਰਾ ਇੱਥੋਂ ਦਾ ਮਾਹੌਲ। ਇਹੀ ਕਾਰਨ ਸੀ ਕਿ ਆਪਸ ਵਿੱਚ ਕਿਸੇ ਦੀ ਬਣਦੀ ਨਹੀਂ ਸੀ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਸਾਰੇ ਹੀ ਲੋਕ ਯਤਨ ਕਰ ਰਹੇ ਸਨ। ਆਪੋ ਧਾਪੀ ਪਈ ਹੋਈ ਸੀ। ਸੋ ਮਹਾਰਾਜ ਨੇ ਕਿਰਪਾ ਕੀਤੀ, ਪਹਿਲਾਂ ਭਗਤਾਂ ਨੇ ਵੀ ਇੱਕ ਦੀ ਗੱਲ ਕੀਤੀ, ਪਰ ਜਿਵੇਂ ਗੁਰੂ ਮਹਾਰਾਜ ਨੇ 10 ਰੂਪ ਧਾਰਨ ਕਰਕੇ ਇਹ ਗੱਲ ਸਾਰੇ ਸੰਸਾਰ ਵਿੱਚ ਹੀ ਪਹੁੰਚਾ ਦਿੱਤੀ, ਇਹਦਾ ਅਸਰ ਬਹੁਤ ਹੋਇਆ ਔਰ ਇਹਦਾ ਅਸਰ ਹੁਣ ਵੀ ਹੈ ਅਤੇ ਸਦਾ ਹੀ ਰਹੇਗਾ ਵੀ। ਇੱਕ ਦੀ ਪੂਜਾ, ਹੁਣ ਹਿੰਦੂ ਲੋਕ ਵੀ ਜਿਹੜੇ ਹਨ ਉਹ ਵੀ ਇੱਕ ਦੀ ਪੂਜਾ ਵੱਲ ਵਿਸ਼ਵਾਸ ਵੱਧਦਾ ਜਾ ਰਿਹਾ ਉਹਨਾਂ ਦਾ, ਕਿ ਬਹੁਤੇ ਦੇਵਤਿਆਂ ਦੀ ਪੂਜਾ ਕਰਕੇ ਕੁਛ ਨਹੀਂ ਬਣਨਾ ਹੈ। ਪੱਥਰ ਦੀ ਪੂਜਾ, ਮੂਰਤੀਆਂ ਦੀ ਪੂਜਾ, ਸ਼ਿਵਲਿੰਗ ਦੀ ਪੂਜਾ, ਇਸ ਪਾਸਿਓਂ ਵੀ ਜਿਵੇਂ ਜਿਵੇਂ ਆ ਜਿਹੜੀ ਅਗਲੀ ਪੀੜ੍ਹੀ ਆ ਰਹੀ ਹੈ, ਗਿਆਨ ਹੋ ਰਿਹਾ ਹੈ, ਇਹ ਵੀ ਇਸ ਪੂਜਾ ਤੋਂ ਕਿਨਾਰਾ ਕਰੀ ਜਾ ਰਹੇ ਹਨ। ਫਰਕ ਪੈ ਰਿਹਾ ਹੈ, ਇੱਕ ਵਾਲੇ ਪਾਸੇ ਸਾਰੇ ਹੀ ਇਸ ਪਾਸੇ ਨੂੰ ਤੁਰ ਪਏ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਗੱਲ ਹੀ ਇੱਕ ਦੀ ਕੀਤੀ ਹੈ, ਗੁਰਮਤਿ ਸ਼ੁਰੂ ਹੀ ਇੱਕ ਤੋਂ ਹੁੰਦੀ ਹੈ। ਗਿਣਤੀ ਦਾ ਇੱਕ ਪਾਇਆ ਹੈ ਮਹਾਰਾਜ ਨੇ ਉਹ ਓੰਕਾਰ ਦੇ ਨਾਲ, ਈੜੀ ਸਿਹਰੀ ਕੱਕਾ ਇੱਕ ਵੀ ਲਿਖ ਸਕਦੇ ਸਨ। ਗਿਣਤੀ ਦਾ ਏਕਾ ਪਾਉਣ ਦਾ ਮਤਲਬ ਇਹ ਹੈ ਕਿ ਇੱਕ ਨੂੰ ਵੰਡਿਆ ਨਹੀਂ ਜਾ ਸਕਦਾ, ਭੰਗ ਨਹੀਂ ਕੀਤਾ ਜਾ ਸਕਦਾ। ਨਮਸਤੰਗ ਅਭੰਗੇ ਮਹਾਰਾਜ ਨੇ ਕਿਹਾ ਹੈ, ਜਿਨ ਤੋੜਿਆ ਨਾ ਜਾ ਸਕੇ। ਇੱਥੇ ਕੀ ਸੀ, ਇੱਥੇ ਵੰਡ ਕਰ ਦਿੰਦੇ ਸੀ ਅੱਖਰਾਂ ਦੀਆਂ ਲਗਾ ਮਾਤਰਾਂ ਦੇ ਨਾਲ, ਸਾਰੇ ਹੀ ਵੱਖਰੇ ਵੱਖਰੇ ਅਰਥ ਬਣਾ ਕੇ ਇੱਥੇ ਜਿਹੜਾ ਸੀ, ਜਿਵੇਂ ਓਮ ਸ਼ਬਦ ਸੀ, ਓਮ ਸ਼ਬਦ ਹਿੰਦੂ ਮਤ ਦਾ ਮੁੱਢ ਹੈ, ਜਿਵੇਂ ਆਪਣਾ ਓਅੰਕਾਰ ਹੈ, ਉਹਨਾਂ ਨੇ ਓਮ ਦੇ ਹੀ 3 ਅਰਥ ਕਰ ਦਿੱਤੇ, ਊੜਾ ਹੋੜਾ ਐੜਾ ਮੰਮਾ ਓਅੰ, ਇਹਨੂੰ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਬਣਾ ਦਿੱਤਾ।
ਕਿਹਾ ਕਿ ਇਹਨਾਂ ਤਿੰਨਾਂ ਦੀ ਹੀ ਪੂਜਾ ਹੋਣੀ ਹੈ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਹੀ ਓਅੰਕਾਰ ਦੇ ਨਾਲ ਏਕਾ ਲਾਇਆ। ਓਅੰਕਾਰ ਵੀ ਸੀ ਪਹਿਲਾਂ ਵੀ ਉਪਨਿਸ਼ਦਾਂ ਦੇ, ਜੋ ਓਅੰਕਾਰ ਸ਼ਬਦ ਜਿਹੜਾ ਹੈ ਆਇਆ ਹੈ, ਲੇਕਿਨ ਉਹਦੇ ਅਰਥ ਜਿਹੜੇ ਸਨ ਇਹੀ ਬ੍ਰਹਮਾ ਵਿਸ਼ਨੂੰ ਮਹੇਸ਼ੀ ਕੀਤੇ ਜਾਂਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਨਹੀਂ ਭਾਈ, ਤਿੰਨ ਨਹੀਂ ਇੱਕ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ, ਹੋਰ ਨਹੀਂ ਹੈ। ਇੱਥੇ ਵੀ ਮਹਾਰਾਜ ਨੇ ਸਲੋਕ ਦੇ ਵਿੱਚ ਵੀ ਅਜਿਹੀ ਕਿਰਪਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਉਸ ਇੱਕ ਦੇ ਗੁਣ ਮਹਾਰਾਜ ਨੇ ਮੂਲ ਮੰਤਰ ਵਿੱਚ ਦੱਸ ਦਿੱਤੇ ਹਨ ਸਾਨੂੰ। ਆਪਾਂ ਜਿਹੜਾ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ ਆਰੰਭ ਵਿੱਚ ਮੂਲ ਮੰਤਰ ਹੈ ਜੋ, ਉਹਦੇ ਵਿੱਚ ਸਾਰੇ ਹੀ ਉਸ ਏਕੋ ਓਅੰਕਾਰ ਦੇ ਹੀ ਗੁਣ ਦੱਸੇ ਹੋਏ ਹਨ। ਇਹਨਾਂ ਗੁਣਾਂ ਨੂੰ ਹੀ ਆਪਾਂ ਜਪਣਾ ਹੈ, ਇਹਨਾਂ ਗੁਣਾਂ ਨੂੰ ਹੀ ਆਪਾਂ ਧਿਆਉਣਾ ਹੈ। ਇਹੀ ਰੱਬ ਦਾ ਰੂਪ ਹੈ। ਗੁਰਸਿੱਖ ਆਕਾਰ ਦਾ ਪੁਜਾਰੀ ਨਹੀਂ ਹੈ, ਗੁਰਸਿੱਖ ਨਿਰੰਕਾਰ ਦਾ ਪੁਜਾਰੀ ਹੈ। ਨਿਰੰਕਾਰ ਕੌਣ ਹੈ? ਜਿਸਦਾ ਕੋਈ ਆਕਾਰ ਨਹੀਂ ਹੈ। ਗੁਣ ਜਿਹੜੇ ਹਨ ਉਸਦੇ ਵਿੱਚ ਹਨ, ਉਹ ਗੁਣਾਂ ਨੂੰ ਆਪਾਂ ਯਾਦ ਕਰਨਾ ਹੈ। ਜਿਸ ਚੀਜ਼ ਨੂੰ ਬੰਦਾ ਯਾਦ ਕਰੇ ਉਹ ਸਵਰਗਾ ਹੀ ਹੋ ਜਾਂਦਾ ਹੈ। ਜੈਸਾ ਸੇਵੇ ਤੈਸਾ ਹੋਏ। ਰੱਬ ਨੂੰ ਜਦੋਂ ਨਿਰ ਆਕਾਰ ਮੰਨ ਕੇ ਗੁਰਸਿੱਖ ਯਾਦ ਕਰਦਾ ਹੈ ਉਸਦੇ ਗੁਣਾਂ ਦੇ ਰਾਹੀਂ, ਤਾਂ ਉਹਨਾਂ ਗੁਣਾਂ ਦਾ ਸਹਿਜ ਸਹਿਜ ਦੇ ਨਾਲ ਉਸਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਇੱਕ ਚਿੱਤ ਇੱਕ ਮਨ ਹੋ ਕੇ ਧਿਆਉਂਦੇ ਹਨ ਗੁਰੂ ਦੀ ਮਤ ਦੇ ਅਨੁਸਾਰ, ਤੁਸੀਂ ਦੇਖੋਗੇ ਉਹ ਨਿਰਭਉ ਵੀ ਹੁੰਦੇ ਹਨ ਅਤੇ ਨਿਰਵੈਰ ਵੀ ਹੁੰਦੇ ਹਨ। ਰੱਬ ਵਾਂਗ ਪਰਪਕਾਰੀ ਸੁਭਾਅ ਹੁੰਦਾ ਹੈ। ਇਸ ਤਰ੍ਹਾਂ ਉਹਦੇ ਗੁਣ ਜਿਹੜੇ ਹਨ ਸੱਤ ਦੇ ਉੱਤੇ ਟਿਕੇ ਹੋਏ ਹਨ, ਸੱਤ ਵਾਸਤੇ ਜਾਨ ਵੀ ਦੇ ਦਿੰਦੇ ਹਨ। ਕਿਸੇ ਆਕਾਰ ਦੀ ਪੂਜਾ ਨਹੀਂ ਉਹ ਕਰਦੇ ਹਨ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਵਾਹਿਗੁਰੂ ਤਾਂ ਅਜੂਨੀ ਹੈ, ਜਿਹੜਾ ਜੂਨਾਂ ਵਿੱਚ ਪੈਂਦਾ ਹੈ ਉਹਦਾ ਆਕਾਰ ਹੈ। ਅਤੇ ਜੇ ਰੱਬ ਵੀ ਜੂਨਾਂ ਵਿੱਚ ਪੈਂਦਾ ਹੈ ਤਾਂ ਫਿਰ ਇਹਦਾ ਮਤਲਬ ਰੱਬ ਅਤੇ ਬੰਦੇ ਵਿੱਚ ਕੀ ਫਰਕ ਰਹਿ ਗਿਆ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਕੇ ਬਚਨ ਕਹੇ ਹਨ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ। ਜਿਹੜਾ ਬੰਦੇ ਨੂੰ ਰੱਬ ਮੰਨਦਾ ਹੈ ਇਹਦਾ ਮਤਲਬ ਹੈ ਕਿ ਉਹਦਾ ਮੁੱਖ ਹੀ ਜਲ ਜਾਵੇ, ਉਹ ਮੁੱਖ ਹੀ ਜਿਹੜਾ ਹੈ ਸੜ ਜਾਣਾ ਚਾਹੀਦਾ ਹੈ। ਇੰਨੇ ਸਖਤ ਬਚਨ ਮਹਾਰਾਜ ਨੇ ਸਾਨੂੰ ਬਖਸ਼ੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਕਿ ਆਹ ਗੱਲ ਕਰੋ ਗੁਰਸਿੱਖੋ, ਹਰ ਇੱਕ ਸਹਿ ਨਾਲ ਮੈਂ ਦੋਸਤੀ, ਹਰ ਇੱਕ ਸਹਿ ਨਾਲ ਮੈਂ ਰੰਗ। ਰੰਗ ਕਹਿੰਦੇ ਹਨ ਪਿਆਰ ਨੂੰ। ਦੋਸਤੀ ਤਾਂ ਆਮ ਲੋਕਾਂ 'ਚ ਹੁੰਦੀ ਹੈ, ਘਰਾਂ 'ਚ ਵੀ ਹੁੰਦੀ ਹੈ, ਲੇਕਿਨ ਪਿਆਰ ਘੱਟ ਹੁੰਦਾ ਹੈ। ਉਹ ਅਗਲੇ ਸਲੋਕ 'ਚ ਇਸ ਤੋਂ ਅਗਲੀ ਗੱਲ ਜਿਹੜੀ ਆਏਗੀ ਕਿ ਇਕੱਲੀ ਦੋਸਤੀ ਹੀ ਨਹੀਂ, ਦੋਸਤੀ ਵਿੱਚ ਪਿਆਰ ਹੋਣਾ ਚਾਹੀਦਾ। ਇੱਕ ਦੂਜੇ ਵਾਸਤੇ ਜਾਨ ਦੇਣ ਵਾਸਤੇ ਤਿਆਰ ਰਹਿਣਾ ਚਾਹੀਦਾ। ਇਹ ਦੋਸਤੀ ਇਹ ਹੈ, ਪਿਆਰ ਇਹ ਹੈ। ਸੋ ਇੱਕ ਕਿਹੜਾ ਹੈ? ਵਾਹਿਗੁਰੂ ਪਰਮੇਸ਼ਰ ਹੈ, ਇੱਕੋ ਓਅੰਕਾਰ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਦੱਸਦਾ ਹੈ। ਉਹ ਹੈ, ਪਹਿਲਾਂ ਵੀ ਸੀ, ਜਦੋਂ ਕੁਛ ਨਹੀਂ ਸੀ ਉਦੋਂ ਵੀ ਸੀ, ਜਦੋਂ ਇਹ ਜਗਤ ਬਣਿਆ ਉਦੋਂ ਵੀ ਸੀ, ਹੁਣ ਵੀ ਹੈ। ਇਹ ਸਾਰਾ ਜਗਤ ਨਾਸ ਹੋ ਜਾਵੇ ਉਸਨੇ ਤਾਂ ਵੀ ਰਹਿਣਾ ਹੈ। ਉਸ ਇੱਕ ਦੀ ਗੱਲ ਕੀਤੀ ਹੈ ਜਿਹੜਾ ਸਦਾ ਸਦਾ ਹੀ ਹੈ। ਉਸੇ ਦੇ ਨਾਲ ਹੀ ਪਿਆਰ ਪਾਲਣਾ। ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੇ ਨਾਲ ਮੈਂ ਸੰਗ। ਸੱਜਣ ਰਿਸ਼ਤੇਦਾਰੀ ਜਿਹੜੀ ਹੈ ਆਪਣੀ, ਇੱਕ ਸੰਸਾਰੀ ਰਿਸ਼ਤੇਦਾਰੀ ਹੈ ਨਾ, ਇਹ ਥੋੜ੍ਹੇ ਚਿਰ ਵਾਸਤੇ ਹੈ, ਇਹ ਸਦਾ ਨਹੀਂ ਨਿਭਦੀ ਹੈ। ਦੇਖੋ ਪਤੀ ਪਤਨੀ ਦਾ ਰਿਸ਼ਤਾ ਹੈ, ਇੱਕ ਰੱਬ ਨੇ ਬਣਾਇਆ ਹੋਇਆ ਹੈ। ਹਰ ਸ੍ਰਿਸ਼ਟੀ ਵਿੱਚ ਹਰ ਜੀਵ ਜਿਹੜਾ ਹੈ ਮੇਲ ਅਤੇ ਫੀਮੇਲ ਹੈ, ਇਸਤਰੀ ਅਤੇ ਪੁਰਸ਼ ਹੈ, ਤਾਂ ਹੀ ਅੱਗੇ ਉਤਪਤੀ ਹੋ ਰਹੀ ਹੈ।
ਪਰ ਇਹ ਰਿਸ਼ਤਾ ਵੀ ਵਾਹਿਗੁਰੂ ਦਾ ਹੀ ਕੰਗਿਆ ਹੋਇਆ ਹੈ। ਜ਼ਰੂਰੀ ਨਹੀਂ ਹੈ ਕਿ ਇਕੱਠੇ ਜੰਮਣ ਅਤੇ ਇਕੱਠੇ ਹੀ ਮਰਨ। ਇਹ ਗੱਲ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਜਿਸ ਦੇ ਹੱਥ ਵਿੱਚ ਇਹ ਸਾਰੀ ਗੱਲ ਹੈ, ਮਹਾਰਾਜ ਕਹਿੰਦੇ ਉਹਦੇ ਨਾਲ ਦੋਸਤੀ ਪਾ ਲਓ। ਜਿਸ ਚੀਜ਼ ਨੇ ਵਿਨਸ ਜਾਣਾ ਹੈ, ਸਾਨੂੰ ਛੱਡ ਜਾਣਾ ਹੈ, ਜਾਂ ਅਸੀਂ ਉਸ ਨੂੰ ਛੱਡ ਜਾਣਾ ਹੈ, ਤਾਂ ਫਿਰ ਆਪਣਾ ਉਹਦੇ ਨਾਲ ਪਿਆਰ ਕੀ ਕਰੇਗਾ? ਫਿਰ ਰੋਣਾ ਪਵੇਗਾ ਨਾ, ਪਛਤਾਉਣਾ ਪਵੇਗਾ। ਉਹਦੇ ਹੀ ਯਾਦ ਆਈ ਜਾਵੇਗੀ, ਇੱਕੇ ਦੀ ਹੀ ਯਾਦ ਆਈ ਜਾਵੇਗੀ ਉਸਦੀ। ਅਤੇ ਜੇ ਰੱਬ ਨੂੰ ਯਾਦ ਕਰੋਗੇ, ਰੱਬ ਦੇ ਨਾਲ ਪਿਆਰ ਪਾ ਲਓਗੇ, ਉਹ ਤੁਹਾਡੇ ਨਾਲ ਹੈ ਸਦਾ ਹੀ, ਔਰ ਤੁਹਾਨੂੰ ਹੌਸਲਾ ਵੀ ਦੇਵੇਗਾ ਕਿ ਤੂੰ ਭੁੱਲਿਆ, ਤੂੰ ਇਕੱਲਾ ਨਹੀਂ ਹੈ, ਮੈਂ ਤੇਰੇ ਨਾਲ ਹਾਂ। ਇਕੱਲਾ ਕਿਉਂ ਸਮਝਦਾ ਹੈ ਆਪਣੇ ਆਪ ਨੂੰ? ਬੇਫਿਕਰ ਹੋ ਜਾ, ਮੈਂ ਤੇਰੇ ਨਾਲ ਹਾਂ। ਹਰ ਇੱਕ ਸੇ ਨਾਲ ਮੈਂ ਗੋਸ ਕੇ ਮੂੰਹ ਮੈਲਾ ਕਰੇ ਨਾ ਭੰਗ। ਗੱਲਾਂ ਬਾਤਾਂ ਵੀ ਵਾਹਿਗੁਰੂ ਪਰਮੇਸ਼ੁਰ ਇੱਕ ਦੇ ਨਾਲ ਹੀ ਰੱਬ ਦੇ ਪਿਆਰੇ ਕਰਦੇ ਹਨ। ਔਰ ਇੱਕ ਅਜਿਹਾ ਪਰਮੇਸ਼ੁਰ ਜਿਹੜਾ ਹੈ, ਅਜਿਹਾ ਦੋਸਤ ਹੈ, ਅਜਿਹਾ ਸੱਜਣ ਹੈ, ਅਜਿਹਾ ਰਿਸ਼ਤੇਦਾਰ ਹੈ, ਜਿਸ ਦੇ ਮੱਥੇ 'ਤੇ ਕਦੇ ਵੀ ਤਿਉੜੀ ਨਹੀਂ ਪੈਂਦੀ ਹੈ। ਵੇਖੋ, ਜਦੋਂ ਬੰਦਾ ਕਿਸੇ ਦੀ ਗੱਲ ਪਸੰਦ ਨਾ ਕਰੇ, ਮੱਥੇ 'ਤੇ ਤਿਉੜੀਆਂ ਪੈ ਜਾਂਦੀਆਂ। ਗੁੱਸੇ ਵਿੱਚ ਹੋਵੇ ਤਾਂ ਵੀ ਤਿਉੜੀਆਂ ਪੈ ਜਾਂਦੀਆਂ। ਨਾ ਤਾਂ ਉਹ ਗੁੱਸੇ ਵਿੱਚ ਹੀ ਕਦੀ ਆਉਂਦਾ ਹੈ, ਅਤੇ ਨਾ ਹੀ ਉਹ ਵਾਹਿਗੁਰੂ ਪਰਮੇਸ਼ੁਰ ਜੋ ਹੈ ਉਹ ਕਦੇ ਉਸਦੇ ਮੱਥੇ 'ਤੇ ਤਿਉੜੀ ਹੀ ਪੈਂਦੀ ਹੈ। ਘੂਰ ਕੇ ਵੇਖਦਾ ਹੈ ਨਾ ਜਦੋਂ ਬੰਦਾ ਕਿਸੇ ਨੂੰ, ਉਦੋਂ ਤਿਉੜੀ ਪੈਂਦੀ ਹੈ, ਭਾਵੇਂ ਘੂਰਦਾ ਵੀ ਨਹੀਂ ਹੈ। ਉਹਦੇ ਨਾਲ ਗੱਲਾਂ ਕਰਨ ਦਾ ਲਾਭ ਹੈ। ਜਾਣੇ ਬਿਰਥਾ ਜੀ ਕਿ ਕਦੇ ਨਾ ਮੋੜੇ ਰੰਗ, ਫਿਰ ਮੇਰੇ ਦਿਲ ਦੀਆਂ ਜਾਣਦਾ ਹੈ। ਹਰ ਗੱਲ ਮੇਰੇ ਅੰਦਰ ਹੈ ਜਿਹੜੀ ਉਸਨੂੰ ਜਾਣਦਾ ਹੈ, ਮੇਰੀ ਪੀੜਾ ਨੂੰ ਜਾਣਦਾ ਹੈ ਉਹ। ਤੁਸੀਂ ਲੋਕਾਂ ਨੂੰ ਕਿਉਂ ਦੱਸਦੇ ਫਿਰਦੇ ਹੋ ਮੈਂ ਬੜਾ ਔਖਾ ਹਾਂ? ਜੇ ਤੁਸੀਂ ਵਾਹਿਗੁਰੂ ਪਰਮੇਸ਼ੁਰ ਨੂੰ ਮੰਨ ਕੇ ਉਸਦੇ ਨਾਲ ਗੱਲਾਂ ਕਰੋ, ਤਾਂ ਉਹ ਤੁਹਾਡੀ ਪੀੜ ਨੂੰ ਜਾਣਦਾ ਹੈ, ਤੁਹਾਨੂੰ ਸਮਝਾ ਦੇਗਾ। ਗੁਰਸਿੱਖਾ, ਭਰੋਸਾ ਰੱਖ, ਇਹ ਪੀੜਾ ਸਦਾ ਰਹਿਣ ਵਾਲੀ ਨਹੀਂ ਹੈ, ਇਹ ਦੁੱਖ ਸਦਾ ਰਹਿਣ ਵਾਲਾ ਨਹੀਂ ਹੈ। ਸੋ ਇੰਜ ਦਿਲ ਦੀਆਂ ਜਾਣਦਾ ਹੈ, ਅਤੇ ਫਿਰ ਜੇ ਅਸੀਂ ਉਹਨੂੰ ਪਿਆਰ ਕਰੀਏ ਤਾਂ ਇਸ ਪਿਆਰ ਦਾ ਉਹ ਰਿਸਪੋਂਸ ਦਿੰਦਾ ਹੈ, ਅੱਗੋਂ ਜਵਾਬ ਦਿੰਦਾ ਹੈ। ਇਹ ਨਹੀਂ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ ਅਤੇ ਉਹ ਸਾਨੂੰ ਪਿਆਰ ਨਾ ਕਰੇ। ਸੰਸਾਰ ਵਿੱਚ ਬਹੁਤ ਅਜਿਹੇ ਲੋਕ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਲੇਕਿਨ ਉਹ ਸਾਨੂੰ ਪਿਆਰ ਨਹੀਂ ਕਰਦੇ ਹਨ। ਲੇਕਿਨ ਵਾਹਿਗੁਰੂ ਅਜਿਹਾ ਨਹੀਂ ਹੈ। ਉਹ ਪਿਆਰ ਕਰਦੇ ਹਾਂ ਅਸੀਂ, ਤਾਂ ਉਹ ਵੀ ਸਾਨੂੰ ਅੱਗਿਓਂ ਪਿਆਰ ਕਰਦਾ ਹੈ। ਭਾਈ ਗੁਰਦਾਸ ਜੀ ਨੇ ਆਪ ਹੀ ਕਲੀਅਰ ਕਰ ਦਿੱਤਾ ਹੈ ਕਿ ਤੁਸੀਂ ਗੁਰੂ ਵੱਲ ਨੂੰ ਜਦੋਂ ਇੱਕ ਕਦਮ ਪੁੱਟਦੇ ਹੋ ਤਾਂ ਗੁਰੂ 100 ਕਦਮ ਤੁਹਾਡੇ ਵੱਲ ਆ ਜਾਂਦਾ ਹੈ, ਅੱਗੇ ਵੱਧ ਕੇ ਤੁਹਾਨੂੰ ਲੈਣ ਆਉਂਦਾ ਹੈ, ਜਿਵੇਂ ਭਾਈ ਲਹਿਣਾ ਜੀ ਨੂੰ ਲੈਣ ਵਾਸਤੇ ਆਏ ਸਨ ਗੁਰੂ ਨਾਨਕ ਪਾਤਸ਼ਾਹ। ਪਹਿਲਾਂ ਹੀ ਉੱਥੇ ਪਹੁੰਚ ਕੇ ਘੋੜੀ 'ਤੇ ਚੜ੍ਹੇ ਜਾ ਰਹੇ ਨੂੰ ਪਹਿਲਾਂ ਹੀ ਮਿਲ ਪਏ ਸਨ। ਵਾਹਿਗੁਰੂ, ਹਰ ਇੱਕੋ ਮੇਰਾ ਮਸਲ ਅਤੇ ਭੰਨਣ ਕਰਨ ਸਮਰੱਥ। ਸਲਾਹਕਾਰ ਆਪਾਂ ਜੀਵਨ ਦੇ ਵਿੱਚ ਦੇਖੋ ਸਲਾਹ ਵੀ ਲੈਂਦੇ ਹਾਂ, ਕਿਸੇ ਦੀ ਜਦੋਂ ਦੁੱਖ ਹੋਵੇ ਸੁੱਖ ਹੋਵੇ ਸਲਾਹ ਕਰਦੇ ਹਨ। ਮਹਾਰਾਜ ਕਹਿੰਦੇ ਕਿ ਰੱਬ ਦੇ ਪਿਆਰ ਵਾਲੇ ਜਿਹੜੇ ਹਨ, ਜਿਨ੍ਹਾਂ ਦਾ ਇੱਕ 'ਤੇ ਭਰੋਸਾ ਹੈ, ਫਿਰ ਉਹ ਸਲਾਹ ਵੀ ਉਹਦੇ ਨਾਲ ਕਰਦੇ ਹਨ। ਸੰਸਾਰੀ ਸਲਾਹਾਂ ਜਿਹੜੀਆਂ ਹਨ ਇਹ ਅਧੂਰੀਆਂ ਹੋ ਸਕਦੀਆਂ ਹਨ, ਇਹਨਾਂ 'ਚ ਕਮੀ ਹੋ ਸਕਦੀ ਹੈ। ਜਿਹੜਾ ਸਾਨੂੰ ਸਲਾਹ ਦਿੰਦਾ ਹੈ, ਹੋ ਸਕਦਾ ਉਹਦੇ ਅੰਦਰ ਕੋਈ ਖੁਦਗਰਜੀ ਵੀ ਹੋਵੇ, ਲੇਕਿਨ ਰੱਬ ਦੇ ਅੰਦਰ, ਗੁਰੂ ਦੇ ਅੰਦਰ ਕੋਈ ਖੁਦਗਰਜੀ ਹੈ ਹੀ ਨਹੀਂ ਹੈ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਹੀ ਸਲਾਹ ਕੀਤੀ ਜਿਹੜੀ ਹੈ, ਗੁਰੂ ਦੇ ਨਾਲ ਸਲਾਹ। ਸਾਨੂੰ ਤਾਂ ਮਹਾਰਾਜ ਨੇ ਬੜਾ ਸੌਖਾ ਤਰੀਕਾ ਦੱਸ ਦਿੱਤਾ ਹੈ ਕਿ ਜਦੋਂ ਵੀ ਤੁਸੀਂ ਸਲਾਹ ਲੈਣੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਇਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਰੋ। ਅਤੇ ਆ ਕੇ ਜੇ ਤਾਂ ਬਾਣੀ ਪੜ੍ਹਨੀ ਆਉਂਦੀ ਹੈ ਤਾਂ ਆਪ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਸ਼ਬਦ ਪੜ੍ਹੋ, ਜਿਹੜਾ ਸਾਹਮਣੇ ਆਉਂਦਾ ਉਸ ਸ਼ਬਦ ਨੂੰ ਪੜ੍ਹੋ। ਸਲਾਹ ਮਹਾਰਾਜ ਦੀ ਜਿਹੜਾ ਗੁਰਮਤਿ ਦੀ ਮਰਿਆਦਾ ਉਸ ਦੇ ਅਨੁਸਾਰ ਇੱਦਾਂ ਹੈ
ਕਿ ਜਿਹੜਾ ਸ਼ਬਦ ਸਾਹਮਣੇ ਆਵੇ ਖੱਬੇ ਪੰਨੇ ਵਾਲੇ ਪਾਸਿਆਂ ਖੱਬੇ ਵਾਲ ਖੱਬੇ ਪਾਸੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਉੱਪਰੋਂ ਪਹਿਲਾ ਸ਼ਬਦ ਆਉਂਦਾ ਹੈ ਉਹ ਸਾਨੂੰ ਸਲਾਹ ਹੈ ਗੁਰੂ ਦੀ ਉਹ ਸਲਾਹ ਦੇ ਨਾਲ ਚੱਲ ਪਓ ਇਹ ਸੌਖਾ ਤਰੀਕਾ ਮਾਰਨ ਦਾ ਹੈ ਬੰਦੇ ਦੀ ਸਲਾਹ ਲਓਗੇ ਉਹਦੇ ਵਿੱਚ ਕਿਤੇ ਕਮੀ ਰਹਿ ਸਕਦੀ ਹੈ ਨਹੀਂ ਪੜ੍ਹ ਸਕਦੇ ਬਾਣੀ ਸੇਵਾਦਾਰ ਹੁੰਦੇ ਹਨ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਕਹੋ ਜੀ ਸਾਨੂੰ ਮਹਾਰਾਜ ਦਾ ਪਾਵਨ ਵਾਕ ਸੁਣਾ ਦਿਓ ਅਰਦਾਸ ਕਰੋ ਅਰਦਾਸ ਕਰਕੇ ਫਿਰ ਹੁਕਮਨਾਮਾ ਸੁਣੋ ਉਸ ਹੁਕਮਨਾਮੇ ਦੇ ਅਨੁਸਾਰ ਉਹ ਤੁਹਾਨੂੰ ਗੁਰੂ ਦਾ ਜਵਾਬ ਹੋਵੇਗਾ ਗੁਰਸਿੱਖਾਂ ਐਂਜ ਕਰੀ ਬਸ ਇਹ ਹੈ ਸਲਾਹ ਗੁਰੂ ਦੀ ਸਲਾਹ ਲੈਣ ਦਾ ਤਰੀਕਾ ਸਾਨੂੰ ਜਿਹੜਾ ਮਹਾਰਾਜ ਦੱਸਿਆ ਉਹ ਇਹ ਹੈ ਔਰ ਇਹ ਅਜਿਹਾ ਸਮਰੱਥ ਸਲਾਹਕਾਰ ਹੈ ਸਾਡਾ ਗੁਰੂ ਜਿਹੜਾ ਹੈ ਇਹ ਮਾਰਨ ਦੇ ਅਤੇ ਜਿੰਦਾ ਕਰਨ ਦੇ ਸਮਰੱਥ ਹੈ ਸਤਿਗੁਰ ਮੇਰਾ ਮਾਰ ਜੀ ਵਾਲੇ ਜਿਹਨੂੰ ਚਾਹੇ ਮਾਰ ਵੀ ਸਕਦਾ ਜਿਹਨੂੰ ਚਾਹੇ ਜਿੰਦਾ ਵੀ ਕਰ ਸਕਦਾ ਮਰੇ ਨੂੰ ਵੀ ਜਿਉਂਦਾ ਹੀ ਕਰਨ ਦੇ ਸਮਰੱਥ ਹੈ ਇਸ ਕਰਕੇ ਮਹਾਰਾਜ ਕਹਿੰਦੇ ਕਿ ਸਲਾਹਕਾਰ ਹੀ ਅਜਿਹਾ ਬਣਾ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਦਾਤਾ ਵੀ ਇੱਕ ਨੂੰ ਹੀ ਮੰਨੋ ਜੇ ਬਹੁਤੇ ਦਾਤੇ ਮੰਨ ਲਓਗੇ ਤਾਂ ਸਾਰਿਆਂ ਪਾਸਿਆਂ ਤੋਂ ਹੀ ਰਹਿ ਜਾਓਗੇ ਜਦੋਂ ਇਨਸਾਨ ਸਾਰੇ ਪਾਸੇ ਬਹੁਤਿਆਂ 'ਤੇ ਆਸ ਰੱਖੇ ਨਾ ਉਦੋਂ ਫਿਰ ਉਹ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਜੇ ਇੱਕ ਦੇ ਉੱਤੇ ਹੀ ਭਰੋਸਾ ਹੋਵੇ ਉਸੇ ਨੂੰ ਦਾਤਾ ਮੰਨ ਕੇ ਉਹਦੇ ਕੋਲੋਂ ਹੀ ਮੰਗੀਏ ਹੋ ਸਕਦਾ ਦੇਰੀ ਹੋ ਜਾਵੇ ਕਿਤੇ ਪਰ ਜੇ ਸਾਡੀ ਮੰਗ ਜਾਇਜ਼ ਹੈ ਤਾਂ ਪੂਰੀ ਜ਼ਰੂਰ ਕਰਦਾ ਹੈ ਜੇ ਸਾਡੀ ਮੰਗ ਠੀਕ ਨਹੀਂ ਹੈ ਸਾਡੇ ਨੁਕਸਾਨ ਕਰਨ ਵਾਲੀ ਹੈ ਫਿਰ ਨਹੀਂ ਪੂਰੀ ਕਰਦਾ ਕਿਉਂਕਿ ਗੁਰੂ ਦਾ ਸੁਭਾਅ ਜਿਹੜਾ ਹੈ ਉਹ ਪਰਉਪਕਾਰੀ ਹੈ ਸਤਿਗੁਰ ਸਿੱਖਾਂ ਦਾ ਸਦਾ ਹੀ ਭਲਾ ਮਨਾਉਂਦਾ ਰਹਿੰਦਾ ਹੈ ਇਹਨਾਂ ਦਾ ਭਲਾ ਹੋ ਜਾਵੇ ਔਰ ਅਜਿਹਾ ਦਾਤਾ ਹੈ ਕਿ ਦਾਤਿਆਂ ਦੇ ਸਿਰ ਦੇ ਵੀ ਹੱਥ ਰੱਖਣ ਵਾਲਾ ਹੈ ਦਾਤੇ ਵੀ ਗੁਰੂ ਨੇ ਪੈਦਾ ਕੀਤੇ ਅੱਗੇ ਵੀ ਦਾਤੇ ਜਿਹੜੇ ਹਨ ਸੰਸਾਰ ਵਿੱਚ ਜਿਹੜੇ ਹਨ ਉਹ ਵੀ ਰਾਜਾ ਵੀ ਦਾਤਾ ਹੋ ਸਕਦਾ ਹੈ ਕੋਈ ਪਿੰਡ ਦਾ ਮੁਖੀ ਵੀ ਦਾਤਾ ਹੋ ਸਕਦਾ ਹੈ ਗਰੀਬਾਂ ਦੀ ਬਾਂਹ ਫੜਨ ਵਾਲ ਹੋ ਸਕਦਾ ਹੈ ਕੋਈ ਮੁਹੱਲੇ ਦਾ ਮੁਖੀ ਵੀ ਹੋ ਸਕਦਾ ਹੈ ਕੋਈ ਪਰਿਵਾਰ ਦਾ ਆਪਣਾ ਘਰ ਦੇ ਵਿੱਚ ਵੀ ਅਜਿਹਾ ਹੋ ਸਕਦਾ ਹੈ ਜਿਹੜਾ ਸਾਡੀ ਬਾਂਹ ਫੜੇ ਸਾਡੀ ਮਦਦ ਕਰੇ ਸੋ ਉਹਨਾਂ ਦੇ ਸਿਰ 'ਤੇ ਵੀ ਉਸ ਇਸ ਸਮਰੱਥ ਗੁਰੂ ਦਾ ਹੱਥ ਹੈ ਅਜਿਹੇ ਕਿਉਂ ਨਾ ਆਪਾਂ ਦਾਤਿਆਂ ਦੇ ਦਾਤੇ ਦੇ ਨਾਲ ਲੜ ਕਿਉਂ ਨਾ ਲੱਗ ਜਾਈਏ ਜਿਹਦੇ ਕੋਲੋਂ ਮੰਗਣ ਤੋਂ ਬਾਅਦ ਫਿਰ ਮੰਗਣਾ ਪੈਣਾ ਹੈ ਉਸਦੇ ਕੋਲੋਂ ਮੰਗਣ ਦਾ ਬਹੁਤਾ ਲਾਭ ਨਹੀਂ ਹੈ ਮੰਗੋ ਹੀ ਉਸਦੇ ਕੋਲੋਂ ਜਿਹੜਾ ਮੁੜ ਕੇ ਮੰਗਣਾ ਹੀ ਨਾ ਪਵੇ ਨਿਹਾਲ ਹੀ ਕਰ ਦੇਵੇ ਗੁਰੂ ਹਰ ਇਕਸੇ ਦੀ ਮੈਂ ਟੇਕ ਹੈ ਜੋ ਸਿਰ ਸਭ ਨਾਲ ਸਮਰੱਥ ਭਰੋਸਾ ਵੀ ਇੱਕ ਦਾ ਹੀ ਟੇਕ ਆਸਰਾ ਮਹਾਰਾਜ ਨੇ ਕਿਹਾ ਨਾ ਮਾਨੁੱਖੀ ਟੇਕ ਬਿਰਤੀ ਸਾਹਿਬ ਜਾਨ ਮਨੁੱਖ ਦੀ ਟੇਕ ਤਾਂ ਬਿਰਤੀ ਹੈ ਐਵੇਂ ਸਾਨੂੰ ਭਰਮ ਹੈ ਕਿ ਆਹ ਮੇਰੀ ਮਦਦ ਕਰਦਾ ਹੈ ਜਾਂ ਇਹ ਮੈਂ ਇਹਦੀ ਮਦਦ ਕਰਦਾ ਹੈ ਇਹ ਐਵੇਂ ਭੁਲੇਖਾ ਹੈ ਅਸਲ ਵਿੱਚ ਟੇਕ ਜੇ ਲੈਣੀ ਹੀ ਹੈ ਮਹਾਰਾਜ ਨੇ ਕਿਹਾ ਧਰ ਜੀ ਅਰੇ ਇੱਕ ਟੇਕ ਤੋਂ ਇੱਕ ਦੀ ਟੇਕ ਲੈ ਲੈ ਉਹ ਕੀ ਹੈ ਲਾਏ ਬਗਾਨੀ ਆਸ ਅਤੇ ਬਗਾਨੀ ਆਸ ਲਾ ਦੇ ਹੋਰ ਜਿਹੜੀ ਹੈ ਨਾਨਕ ਨਾਮ ਧਿਆਈ ਹੈ ਘਰ ਜਾਵੇ ਰਾਸ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਨਾਮ ਨੂੰ ਧਿਆਉਣਾ ਸ਼ੁਰੂ ਕਰ ਦੇ ਨਾਮ ਦੀ ਟਿੱਕ ਲੈ ਲੈ ਲੱਗਾ ਰਹੋ ਤੂੰ ਉਹ ਸੁਣਦਾ ਹੈ ਉਹਨੇ ਪਤਾ ਨਹੀਂ ਤੈਨੂੰ ਤੇਰੀ ਭਾਵਨਾ ਨੂੰ ਪੂਰੀ ਕਰਦਿਆਂ ਕਰਦਿਆਂ ਤੈਨੂੰ ਭਗਤੀ ਬਣਾ ਦੇਣਾ ਹੈ ਬਹੁਤ ਸਾਰੇ ਲੋਕ ਕਿਸੇ ਮੰਗ ਨੂੰ ਲੈ ਕੇ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ ਨਾਮ ਜਪਦੇ ਹਨ ਕਈ ਵਾਰ ਉਹ ਮੰਗ ਦੇਰੀ ਹੋ ਜਾਂਦੀ ਹੈ ਜਦ ਦੇਰੀ ਹੋ ਜਾਂਦੀ ਹੈ ਮੰਗ ਪੂਰੀ ਹੁੰਦੀ ਨੂੰ ਤਾਂ ਉਨੇ ਚਿਰ ਨੂੰ ਉਹਦੇ ਅੰਦਰ ਨਾਮ ਵੱਸ ਜਾਂਦਾ ਹੈ ਫਿਰ ਨਹੀਂ ਰੱਬ ਦਾ ਲੜ ਛੱਡ ਸਕਦਾ ਇੱਦਾਂ ਰੱਬ ਨੇ ਭਗਤ ਬਣਾ ਦਿੱਤੇ ਮੰਗਤੇ ਭਗਤ ਬਣਾ ਦਿੰਦਾ ਹੈ ਰੱਬ
ਜਿੱਤੋਂ ਅਜਿਹੇ ਮਾਲਕ ਦੀ ਕੇਕ ਲਹੇਗਾ ਜੋ ਸਭਨਾ ਤੋਂ ਸਮਰੱਥ ਹੈ ਤਾਂ ਤੈਨੂੰ ਕਿਸੇ ਹੋਰ ਦੀ ਕੇਕ ਨਹੀਂ ਲੈਣੀ ਪਵੇਗੀ। ਸਤਿਗੁਰੂ ਸੰਤ ਮਿਲਾਇਆ ਮਸਤਕ ਧਰ ਕੇ ਹੱਥ, ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਸਿਰ 'ਤੇ ਹੱਥ ਰੱਖ ਦਿੱਤਾ, ਮੱਥੇ 'ਤੇ ਹੱਥ ਰੱਖਤਾ। ਗੁਰੂ ਸਮਰੱਥ ਹੈ, ਵਾਹਿਗੁਰੂ ਪਰਮੇਸ਼ੁਰ। ਇੱਥੇ ਸੰਤ ਜਿਹੜਾ ਜਿਵੇਂ ਭਾਗ ਹੋਇਆ, ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮੇ ਪਾਇਆ, ਗੁਰਸੰਤ ਗੁਰੂ ਸੰਤ ਸੰਤ ਸਰੂਪ ਸ਼ਾਂਤ ਸੰਤ ਕਿਹਾ, ਸ਼ਾਂਤ ਜਿਸਦਾ ਹਿਰਦਾ ਸ਼ਾਂਤ ਹੈ, ਹਰ ਵੇਲੇ ਸ਼ਾਂਤ ਰਹਿੰਦਾ ਹੈ, ਸੰਤੋਂ ਨੂੰ ਕਹਿੰਦੇ ਹਨ। ਕਦੇ ਕੋਈ ਚਿੰਤਾ ਨਹੀਂ ਹੁੰਦੀ ਜਿਸ ਦੇ ਮਨ ਦੇ ਵਿੱਚ, ਪੂਰਨ ਭਰੋਸਾ ਗੁਰੂ ਦੇ ਉੱਤੇ। ਅਜਿਹੇ ਗੁਰੂ ਨੂੰ ਮਿਲਾ ਦਿੱਤਾ ਵਾਹਿਗੁਰੂ ਪਰਮੇਸ਼ੁਰ ਨੇ ਮੇਰੇ ਮੱਥੇ 'ਤੇ ਹੱਥ ਧਰ ਕੇ। ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ, ਅਤੇ ਜਦੋਂ ਗੁਰੂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ, ਪਰਮੇਸ਼ੁਰ ਗੁਰੂ ਨਾਲ ਮਿਲਾਉਂਦਾ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ। ਕੋਈ ਚੰਗਾ ਪਿਛਲਾ ਕਰਮ ਜਿਹੜਾ ਹੈ ਪ੍ਰਗਟ ਹੁੰਦਾ ਹੈ ਤਾਂ ਉਸ ਵੇਲੇ ਫਿਰ ਗੁਰੂ ਨਾਲ ਮਿਲਾਪ ਹੁੰਦਾ ਹੈ। ਜਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ ਤਾਂ ਗੁਰੂ ਫਿਰ ਪਰਮੇਸ਼ੁਰ ਦੇ ਨਾਲ ਜੋੜ ਦਿੰਦਾ ਹੈ। ਗੁਰੂ ਵਿਚੋਲਾ ਹੈ, ਦਰਗੇ ਕਾ ਬਸੀਟ ਹੈ, ਗੁਰੂ ਪਰਮੇਸ਼ੁਰ ਨਾਲ ਜੋੜ ਦਿੰਦਾ ਹੈ। ਐਸੀ ਕਿਰਪਾ ਹੋਈ ਜਿਸ ਨੇ ਸਾਰੇ ਜਗਤ ਨੂੰ ਤਾਰਿਆ, ਸਾਰੇ ਜਗਤ ਨੂੰ ਤਾਰ ਰਿਹਾ ਹੈ, ਉਹ ਵੱਡਾ ਸਾਹਿਬ ਉਸਦੇ ਨਾਲ ਗੁਰੂ ਨੇ ਕਿਰਪਾ ਕਰਕੇ ਮਿਲਾ ਦਿੱਤਾ। ਮਨ ਕੀਆਂ ਇੱਛਾ ਪੂਰੀਆਂ, ਪਾਇਆ ਤੁਰ ਸੰਯੋਗ। ਤੁਰੋਂ ਲਿਖੇ ਦੇ ਅਨੁਸਾਰ ਇਹ ਮਿਲਾਪ ਹੁੰਦਾ ਹੈ। ਮਿਲਾਪ ਤਾਂ ਸੰਸਾਰ ਦੇ ਵਿੱਚ ਵੀ ਮਹਾਰਾਜ ਨੇ ਕਿਹਾ ਸੰਯੋਗ ਵਿਯੋਗ ਦਾ ਕਾਰ ਚਲਾਵੇ ਲਿਖੇ ਆਵੇ ਭਾਗ। ਸੰਯੋਗ ਅਤੇ ਵਿਯੋਗ ਰੱਬ ਦੇ ਦੋ ਨਿਯਮ ਹਨ, ਜਿਵੇਂ ਜਨਮ ਦੇਣਾ ਅਤੇ ਮਾਰਨਾ, ਇਹ ਦੋ ਨਿਯਮ ਹਨ ਰੱਬ ਦੇ। ਇਸੇ ਤਰ੍ਹਾਂ ਹੀ ਸੰਯੋਗ ਅਤੇ ਵਿਯੋਗ, ਸੰਯੋਗ ਦਾ ਜੋ ਨਿਯਮ ਹੈ ਉਹਦੇ ਅਨੁਸਾਰ ਸਾਡਾ ਮਿਲਾਪ ਹੁੰਦਾ ਹੈ। ਜਿਹੜੇ ਆਪਾਂ ਇੱਕ ਦੂਜੇ ਨੂੰ ਮਿਲੇ ਹੋਏ ਹਾਂ, ਪੂਰਵ ਜਨਮ ਕੇ ਮਿਲੇ ਸੰਯੋਗੀ, ਇਹ ਵਾਹਿਗੁਰੂ ਨੇ ਸੰਯੋਗ ਅਨੁਸਾਰ ਮਿਲਾਇਆ ਹੈ। ਦੂਜਾ ਨਿਯਮ ਹੈ ਵਿਯੋਗ ਦਾ, ਵਿਯੋਗ ਦੇ ਅਨੁਸਾਰ ਵਿਛੋੜਾ ਹੋ ਜਾਂਦਾ ਹੈ, ਇਹ ਉਹਦੇ ਹੁਕਮ ਵਿੱਚ ਹੈ। ਦੋਨੋਂ ਹੀ ਸੰਯੋਗ ਅਤੇ ਵਿਯੋਗ ਦੋਨੋਂ ਉਹਦੇ ਹੱਥ ਦੇ ਵਿੱਚ ਹਨ। ਮਨ ਦੀਆਂ ਇੱਛਾ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਆਪ ਹੀ ਆ ਗਿਆ ਨਾ ਸਾਡੇ ਕੋਲ। ਨਾਨਕ ਪਾਇਆ ਸੱਚ ਨਾਮ, ਸਦ ਹੀ ਭੋਗੇ ਭੋਗ। ਜਿਨ੍ਹਾਂ ਦੇ ਉੱਤੇ ਗੁਰੂ ਨੇ ਤਰੁੱਠ ਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ, ਤਰੁੱਠ ਕੇ ਕਰਦਾ ਹੈ ਨਾਮ ਦੀ ਦਾਤ ਬਖਸ਼ਿਸ਼, ਕਦੋਂ ਕਰਨੀ ਹੈ ਗੁਰੂ ਨੂੰ ਪਤਾ ਹੈ, ਉਹ ਸਦਾ ਹੀ ਆਨੰਦ ਮਾਣਦਾ ਹੈ। ਸਦ ਹੀ ਭੋਗੇ ਭੋਗ ਭਾਵ ਸਦਾ ਹੀ ਰੱਬ ਦੇ ਪਿਆਰ ਦਾ ਰੰਗ ਮਾਣਦਾ ਹੈ, ਮਨ ਕਰਕੇ ਸਦਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਹੈ। ਤਨ ਕਰਕੇ ਪਰਿਵਾਰ ਵਿੱਚ ਰਹੋ, ਤਨ ਕਰਕੇ ਸੰਸਾਰ ਵਿੱਚ ਰਹੋ, ਲੇਕਿਨ ਮਨ ਕਰਕੇ ਨਿਰੰਕਾਰ ਵਿੱਚ ਰਹਿਣਾ ਹੈ। ਸਾਡਾ ਮਨ ਜਿਹੜਾ ਹੈ ਇਹ ਵਾਹਿਗੁਰੂ ਦੀ ਹਜ਼ੂਰੀ 'ਚ ਰਹਿਣਾ ਚਾਹੀਦਾ, ਗੁਰੂ ਦੀ ਹਜ਼ੂਰੀ 'ਚ ਰਹਿਣਾ ਚਾਹੀਦਾ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਸਾਡੇ ਉੱਤੇ, ਜੋ ਪਾਵਨ ਉਪਦੇਸ਼ ਇੱਕ ਨੂੰ ਦ੍ਰਿੜ ਕਰਨ ਵਾਸਤੇ ਸਾਨੂੰ ਇਹ ਇਸ ਸਲੋਕ ਦੇ ਰਾਹੀਂ ਦਿੱਤਾ ਹੈ। ਪਿਆਰਿਓ, ਸੁਣ ਕੇ ਛੱਡ ਨਹੀਂ ਦੇਣੀ ਗੱਲ, ਇਹ ਇੱਕ ਦੇ ਉੱਤੇ ਭਰੋਸਾ ਕਰੋ। ਦਾਸ ਨੇ ਕਈ ਵਾਰੀ ਇਹ ਬੇਨਤੀ ਕੀਤੀ ਸੰਗਤ ਦੇ ਵਿੱਚ ਕਿ ਗੁਰੂ ਇੱਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚਾਹੇ ਅਮਰੀਕਾ 'ਚ ਹੈ, ਚਾਹੇ ਰਸ਼ੀਆ ਵਿੱਚ ਹੈ, ਚਾਹੇ ਕਨੇਡਾ ਹੈ, ਚਾਹੇ ਇੰਗਲੈਂਡ 'ਚ ਕਿਤੇ ਵੀ ਹੈ, ਚਾਹੇ ਇੰਡੀਆ ਵਿੱਚ ਹੈ, ਸਾਰੇ ਥਾਂ ਗੁਰੂ ਗ੍ਰੰਥ ਸਾਹਿਬ ਉਹੀ ਹੈ। ਇੱਕ ਤਾਂ ਪਹਿਲਾਂ ਦਾ ਭਰੋਸਾ ਲਿਆ, ਦੂਸਰੀ ਗੱਲ ਜਿਹੜੀ ਹੈ ਉਹ ਇਹ ਨਹੀਂ ਸਮਝਣਾ ਕਿ ਆਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇੱਥੇ ਮੈਂ ਜਾ ਕੇ ਮੱਥਾ ਟੇਕਾਂ ਤਾਂ ਇੱਥੇ ਜਿਹੜਾ ਹੈ ਸ਼ਾਇਦ ਮੇਰੀ ਇੱਛਾ ਪੂਰੀ ਹੋ ਜਾਵੇਗੀ।
ਇਹ ਨਹੀਂ ਗੱਲ, ਵਿਸ਼ਵਾਸ ਗੁਰੂ ਗ੍ਰੰਥ ਸਾਹਿਬ 'ਤੇ ਲਿਆਉਣ ਦੀ ਲੋੜ ਹੈ, ਬਾਣੀ 'ਤੇ ਲਿਆਉਣ ਦੀ ਲੋੜ ਹੈ। ਜਿੱਥੇ ਵੀ ਮੱਥਾ ਟੇਕੋਗੇ, ਜਿੱਥੇ ਵੀ ਅਰਦਾਸ ਕਰੋਗੇ, ਉੱਥੇ ਹੀ ਪੂਰੀ ਹੋ ਜਾਏਗੀ, ਇਹੋ ਜਿਹੀ ਗੱਲ ਕੋਈ ਨਹੀਂ ਹੈ। ਉਹ ਸਾਡੇ ਮਨ ਦੀ ਭੜਕਣਾ ਹੈ। ਤੁਸੀਂ ਦਸਤਾਵਾਂ ਦੇ ਉੱਤੇ ਮੱਥਾ ਟੇਕ ਲਓ, ਗੱਲ ਉਹੋ ਹੀ ਹੋਣੀ ਹੈ। ਜੇ ਇੱਕ ਥਾਂ ਮੱਥਾ ਟੇਕ ਲਓਗੇ, ਇਹ ਵੀ ਉਹੀ ਗੱਲ ਹੈ। ਦੂਸਰੀ ਬੇਨਤੀ ਜਿਹੜੀ ਮਹਾਰਾਜ ਨੇ ਸਾਨੂੰ ਉਪਦੇਸ਼ ਦ੍ਰਿੜ ਕਰਾਇਆ, ਉਹ ਇਹ ਹੈ ਕਿ ਗੁਰੂ ਮਹਾਰਾਜ ਨੇ ਸਾਨੂੰ ਸੰਤਾਂ ਦੀ ਸੰਗਤ ਕਰਨ ਲਈ ਕਿਹਾ ਹੈ। ਸੰਸਾਰ ਵਿੱਚ ਵਿਚਰਦੇ ਹਾਂ ਨਾ, ਤਾਂ ਹੀ ਗੁਰੂ ਨਾਲ ਜੁੜੇ ਰਹਿ ਸਕਦੇ ਹਾਂ ਜੇ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਰਹੇ। ਸੰਤ ਬੜੇ ਹਨ ਮਹਾਰਾਜ ਦੀ ਕਿਰਪਾ ਦੇ ਨਾਲ, ਬਹੁਤ ਸੰਤ। ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਵੀ ਬੜੇ ਸੰਤ ਹੁੰਦੇ ਸਨ, ਬਾਬਾ ਬੁੱਢਾ ਜੀ ਵਰਗੇ ਜਿਹੜੇ ਸਨ, ਹੁਣ ਵੀ ਹਨ। ਇੱਕ ਤਾਂ ਵਿਸ਼ਵਾਸ ਲੈਵਾ, ਇਹ ਨਹੀਂ ਕਦੀ ਔਸ ਗੇਰੇ ਚਲੇ, ਕਦੀ ਔਸ ਗੇਰੇ, ਤਮਾਸ਼ਾ ਨਹੀਂ ਹੈ, ਤਮਾਸ਼ਾ ਨਾ ਵੇਖੋ। ਇੱਕ ਤਾਂ ਵਿਸ਼ਵਾਸ ਲੈਓ, ਇੱਕ ਤਾਂ ਵਿਸ਼ਵਾਸ ਲੈਓਗੇ ਤਾਂ ਉੱਥੋਂ ਹੀ ਤੁਹਾਡੀਆਂ, ਕਿਉਂਕਿ ਸੰਤ ਅਨੰਤ ਅੰਤਰ ਨਾਹੀਂ, ਮਾਰੇ ਨੇ ਕਿਹਾ ਸੰਤ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ, ਅਭੇਦ ਹੋ ਜਾਂਦਾ ਹੈ ਰੱਬ ਦੇ ਨਾਲ। ਰੱਬ ਉਸਨੂੰ ਸਰਵ ਥੋਕਾ ਦਾਤਾ ਬਣਾ ਦਿੰਦਾ ਹੈ। ਇਸ ਕਰਕੇ ਇਹ ਵੀ ਮਨ 'ਚੋਂ ਭਰਮ ਦੂਰ ਕਰਨ ਦੀ, ਸਤਿਕਾਰ ਸਾਰਿਆਂ ਦਾ ਹੀ ਕਰੋ। ਈਸਾਈ ਵੀ ਸੰਤ, ਉਹਨਾਂ ਦੇ ਵਿੱਚੋਂ ਵੀ ਹੋ ਸਕਦੇ, ਮੁਸਲਮਾਨਾਂ ਵਿੱਚੋਂ ਵੀ ਸੰਤ ਹੋ ਸਕਦੇ, ਹਿੰਦੂਆਂ 'ਚੋਂ ਵੀ ਸੰਤ ਹੋ ਸਕਦੇ। ਬਸ ਇੱਕ 'ਤੇ ਭਰੋਸਾ ਲੈਓ, ਵਿਸ਼ਵਾਸ ਲੈਓ, ਬਸ ਇੱਕ ਦੀ ਸੰਗਤ ਕਰਦੇ ਰਹਾਂਗੇ ਅਤੇ ਇੱਕ ਦੇ ਲੜ ਲੱਗੇ ਰਹਾਂਗੇ। ਗੁਰੂ ਦੇ ਨਾਲ ਉਹ ਜੋੜ ਜਿਹੜਾ ਸਾਨੂੰ ਗੁਰੂ ਨਾਲ ਜੋੜੇ, ਜਿਹੜਾ ਤੁਹਾਨੂੰ ਕਹਿੰਦਾ ਹੈ ਭਾਈ ਸੰਗਰਾਂਦ 'ਤੇ ਮੇਰੇ ਕੋਲ ਆਇਆ ਕਰੋ, ਜਾਂ ਪੂਰਨਮਾਸ਼ੀ 'ਤੇ ਆਇਆ ਕਰੋ, ਮੱਸਿਆ 'ਤੇ ਇੱਥੇ ਆਇਆ ਕਰੋ, ਇਹ ਸਾਰੇ ਹੀ ਗੇਰਿਆਂ ਨੂੰ ਚਲਾਉਣ ਵਾਸਤੇ ਕੰਮ ਹਨ। ਜੇ ਸੰਤ ਨੇ ਸਾਨੂੰ ਤਾਰਨਾ ਹੈ, ਉਹਨੇ ਇੱਕੇ ਵਾਰੀ ਉਪਦੇਸ਼ ਦੇਣਾ ਹੈ, ਜੇ ਉਸ ਨੂੰ ਕਮਾ ਲਾਂਗੇ ਸਾਡਾ ਭਲਾ ਹੋ ਜਾਏਗਾ। ਬਸ ਉਸਨੂੰ ਕਮਾਉਣਾ ਸ਼ੁਰੂ ਕਰ ਦਿਓ। ਜੋ ਵਚਨ ਸੁਣਿਆ ਹੈ ਉਹ ਉਸਦੇ ਪੂਰਾ ਸਾਰੀ ਉਮਰ ਹਿੱਦੜ ਰਹੋ। ਫਿਰ ਜਿਵੇਂ ਗੁਰੂ ਅੰਗ ਸੰਗ ਰਹਿੰਦਾ ਗੁਰਸਿੱਖ ਦੇ, ਉਹ ਸੰਤ ਵੀ ਉਸਦੇ ਅੰਗ ਸੰਗ ਰਹਿੰਦਾ ਹੈ। ਜਦੋਂ ਬਹੁਤੇ ਸੰਤਾਂ ਵੱਲ ਧਿਆਨ ਹੋ ਜਾਵੇ, ਫਿਰ ਕਿਹਦੇ ਅੱਗੇ ਅਰਦਾਸ ਕਰੋਗੇ? ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਅਜਿਹਾ ਵਿਸ਼ਵਾਸ ਬਣੇ, ਅਜਿਹਾ ਗਿਆਨ ਸਾਡੇ ਅੰਦਰ ਦ੍ਰਿੜ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ, 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 ਵਾਹਿਗੁਰੂ,
Vai Guru, 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 Vai Vai Guru, 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 Vai ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।